ਜਿਵੇਂ ਆਪਾਂ ਦਿਦਾਰ ਸੰਧੂ ਜੀ ਬਾਰੇ ਗੱਲ ਕਰਦੇ ਰਹਿੰਦੇ, ਉਹਨਾਂ ਦੀ ਗੀਤਕਾਰੀ ਬਾਰੇ, ਗਾਇਕੀ ਬਾਰੇ, ਅਤੇ ਉਹਨਾਂ ਦੇ ਜਿਹੜਾ ਨਿੱਜੀ ਜੀਵਨ ਸੀ, ਉਹਨਾਂ ਦੇ ਸੁਭਾਅ ਬਾਰੇ ਅੱਜ ਇੱਕ 3 ਸ਼ਬਦਾਂ ਦੀ ਖੋਜ ਕੀਤੀ ਆ, ਜਿਹੜੇ ਸ਼ਬਦ ਦਿਦਾਰ ਸੰਧੂ ਨੇ ਆਪਦੇ ਗੀਤਾਂ ਦੇ ਵਿੱਚ ਬਹੁਤ ਜ਼ਿਆਦਾ ਵਰਤੇ। ਉਹ ਸ਼ਬਦ ਅਜਿਹੇ ਆ ਵੀ ਜਿਨ੍ਹਾਂ ਨੇ ਸੰਧੂ ਸਾਹਿਬ ਤੋਂ 3 ਗੁਣਾ 4 ਗੁਣਾ ਵੱਧ ਗੀਤ ਵੀ ਲਿਖੇ ਆ, ਹਜ਼ਾਰਾਂ ਦੀ ਗਿਣਤੀ 'ਚ ਸੈਂਕੜੇ ਜਾਂ ਆਪਾਂ ਕਹਿ ਲਈਏ ਗੀਤ ਲਿਖੇ ਆ, ਅਤੇ ਉਹਨਾਂ ਦੇ ਗੀਤਾਂ 'ਚ ਵੀ ਇੰਨੇ ਸ਼ਬਦ ਨਹੀਂ ਉਹ ਲੱਭਦੇ ਗੇ। ਉਹ 3 ਸ਼ਬਦ ਆ ਜੀ, ਪੀਰ, ਪਰੀ ਅਤੇ ਰੱਬ। ਰੱਬ ਦਾ ਜ਼ਿਕਰ ਕਰਨਾ ਗੀਤਾਂ 'ਚ, ਕਿਉਂਕਿ ਕੁਝ ਲੋਕ ਅਜਿਹੇ ਹੁੰਦੇ ਵੀ ਜਿਹੜੇ ਇਹਨਾਂ ਤਿੰਨਾਂ ਨੂੰ ਨਹੀਂ ਮੰਨਦੇ ਗੇ, ਪੀਰਾਂ ਫਕੀਰਾਂ ਨੂੰ, ਰੱਬ ਨੂੰ ਨਹੀਂ ਮੰਨਦਾ ਕੋਈ, ਅਤੇ ਪਰੀਆਂ ਨੂੰ ਨਹੀਂ ਮੰਨਦਾ, ਹੈ ਨਾ। ਉਹ ਤਾਂ ਚਲੋ ਕੋਈ ਮੰਨੇ ਨਾ ਮੰਨੇ ਉਹਦਾ ਨਿੱਜੀ ਆਪਦਾ ਫੈਸਲਾ ਹੈ, ਕੋਈ ਆਸਤਕ ਹੁੰਦਾ ਕੋਈ ਨਾਸਤਕ ਹੁੰਦਾ। ਜਿਹੜਾ ਸੰਧੂ ਸਾਹਿਬ ਦਾ ਸੀਗੀ ਨੇਚਰ ਆਪਾਂ ਕਹਿ ਲਈਏ ਜਾਂ ਸੁਭਾਅ, ਅਤੇ ਉਹ ਵੀ ਆਪਾਂ ਨੂੰ ਪਤਾ ਨਹੀਂ ਗਾ ਵੀ ਉਹ ਆਸਤਕ ਸੀ ਜਾਂ ਨਾਸਤਕ ਸੀ। ਜਿਹੜਾ ਉਹਨਾਂ ਦਾ ਨਿੱਜੀ ਜੀਵਨ ਸੀ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਗਾ, ਪਰ ਉਹਨਾਂ ਦੇ ਗੀਤਾਂ ਦੇ ਵਿੱਚ ਇਹ ਸ਼ਬਦ ਬਹੁਤ ਆ, ਬਹੁਤ ਥਾਈਂ ਉਹਨਾਂ ਨੇ ਲਿਖਿਆ, ਅਤੇ ਉਹ ਆਪਾਂ ਤੁਹਾਨੂੰ ਦੱਸਣਾ ਵੀ ਕਿੱਥੇ ਕਿੱਥੇ ਲਿਖਿਆ। ਆ ਜਾਓ ਫਿਰ ਆਪਾਂ ਪਹਿਲਾਂ ਆਪਾਂ ਜ਼ਿਕਰ ਕਰਦੇ ਹਾਂ ਪੀਰ ਸ਼ਬਦ ਦਾ, ਪੀਰ ਉਹਨਾਂ ਨੇ ਕਿੱਥੇ ਕਿੱਥੇ ਲਿਖਿਆ। ਕਹਿੰਦੇ ਪੀਰ ਮਨਾਉਣਾ ਸੌਖਾ ਸੋਹਣੀ, ਨਾਰ ਮਨਾਉਣੀ ਔਖੀ ਆ। ਪੀਰ ਮਨਾਉਣਾ ਸੌਖਾ ਸੋਹਣੀ, ਨਾਰ ਮਨਾਉਣੀ ਔਖੀ ਆ। ਜ਼ਖਮ ਸਿਉਣਾ ਔਖਾ ਤੇ ਤਲਵਾਰ ਚ। ਫੇਰ ਲਿਖੀ ਉਹਨਾਂ ਨੇ, ਕਹਿੰਦੇ ਮੈਂ ਮਗਰੋਂ ਲਾਉਂਦੀ ਰਹਿੰਦੀ ਸੀ ਸਾਰਾ ਦਿਨ ਤੈਨੂੰ ਲੜ ਲੜ ਕੇ, ਹੁਣ ਆਪ ਜਵਾਨੀ ਬੋਲ ਪਈ ਜਿਵੇਂ ਪੀਰ ਬੋਲਦਾ ਸਿਰ ਚੜ ਕੇ। ਕਹਿੰਦੇ ਲਿਆ ਬਾਬਾ ਤੇਰੀ ਦੇਵਾਂ ਕੜਾਹੀ, ਪੰਜੇ ਪੀਰ ਮਨਾਵਾਂ, ਜੇ ਪਹਿਲੀ ਪੇਛੀ ਯਾਰ ਛੁੱਟ ਜੇ ਲੱਡੂ ਵੰਡ ਦੀ ਕਚਹਿਰੀ ਵਿੱਚੋਂ ਆਵਾਂ। ਇੱਕ ਗੀਤ 'ਚ ਉਹਨਾਂ ਨੇ ਲਿਖਿਆ ਉਹ ਦਿਓਰ ਭਰਜਾਈ ਦਾ ਜਿਹੜਾ ਗੀਤ ਆ, ਕਹਿੰਦੇ ਪੀਰਾਂ ਵਾਂਗੂ ਮੰਨੇਗੀ ਦਿਦਾਰ ਨੂੰ ਸਵੇਰੇ ਸੁੱਤੀ ਪਈ ਨੂੰ ਜਾਂ ਵੀਰ ਨੇ ਜਗਾਇਆ। ਇੱਕ ਗੀਤ 'ਚ ਕਹਿੰਦੇ ਆ, ਕਹਿੰਦੇ ਪੀਰ ਪਰਾਉਣਾ ਰਹਿਣ ਡਰਾਉਂਦੇ, ਪਰ ਜੇ ਜਾਈਏ ਡਰ ਨਹੀਂ ਕਿਤੇ ਮੇਲ ਹੋਣਗੇ ਜੇ ਨਾ ਜਾਈਏ ਮਰ। ਪੀਰ ਪਰਾਉਣਾ ਰਹਿਣ ਡਰਾਉਂਦੇ, ਪਰ ਜੇ ਜਾਈਏ ਡਰ ਨਹੀਂ ਕਿਤੇ ਮੇਲ ਹੋਣਗੇ ਜੇ ਨਾ ਜਾਈਏ ਮਰਨੀ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਪਰੀ ਸ਼ਬਦ ਲਿਖਿਆ, ਪਰੀ ਦਾ ਜ਼ਿਕਰ ਕਰਨਾ ਗੀਤਾਂ ਦੇ ਵਿੱਚ। ਉਹ ਕਹਿੰਦੇ ਕੋਈ ਨੋਚ ਲਊ ਕੋਈ ਬੋਚ ਲਊ, ਤੂੰ ਪਰੀ ਪਰਾਂ ਤੋਂ ਹੀਨ ਅਰਸ਼ ਤੋਂ ਫਰਸ਼ਾਂ ਉੱਤੇ ਸਿੱਟੀ ਨੂੰ, ਝੱਟ ਮਾਰ ਪਵੇ ਮਟਿਆਰ ਗੋਰੀ ਚਿੱਟੀ ਨੂੰ। ਇੱਕ ਉਹਨਾਂ ਦਾ ਗੀਤ ਬਹੁਤ ਸੋਹਣਾ ਸੀਗਾ, ਘੱਗਰੇ ਦੀਵੇ ਲਾਉਣ ਭੱਜ ਗਈ, ਸਦਾ ਬਾਹਰ ਗੀਤ ਆ। ਉਹਦੇ 'ਚ ਕਹਿੰਦੇ ਝੂਠ ਖਾਣੀ ਸੱਚ, ਕਹਿੰਦੇ ਤੇਰੇ ਵਾਂਗੂ ਹੁੰਦੇ ਚਿੱਟੇ ਪਰੀਆਂ ਦੇ ਪਤਲੇ ਸਰੀਰ ਨਹੀਂ, ਕਾਲੀ ਬੋਲੀ ਰਾਤ ਵਿੱਚ ਆਉਂਦੀਆਂ ਜੇ ਲੱਗੇ ਜਿਵੇਂ ਹਨੇਰਿਆਂ 'ਚ ਅੱਗ ਦੀ ਲਕੀਰ ਨਹੀਂ। ਝੂਠ ਖਾਣੀ ਸੱਚ, ਕਹਿੰਦੇ ਤੇਰੇ ਵਾਂਗੂ ਹੁੰਦੇ ਚਿੱਟੇ ਪਰੀਆਂ ਦੇ ਪਤਲੇ ਸਰੀਰ ਨਹੀਂ, ਕਾਲੀ ਬੋਲੀ ਰਾਤ ਵਿੱਚ ਆਉਂਦੀਆਂ ਜੇ ਲੱਗੇ ਜਿਵੇਂ ਹਨੇਰਿਆਂ 'ਚ ਅੱਗ ਦੀ ਲਕੀਰ ਨਹੀਂ। ਅੱਗੇ ਉਹਨਾਂ ਨੇ ਲਿਖਿਆ ਜਿਹੜਾ ਸਦੀਕ ਸਾਹਿਬ ਨੇ ਅਤੇ ਰਣਜੀਤ ਕੌਰ ਨੇ ਗੀਤ ਗਾਇਆ ਸੀ, ਕਹਿੰਦਾ ਸਾਹਮਣੇ ਬਿਠਾ ਕੇ ਜਿਹੜਾ ਅੱਖ ਨਹੀਂ ਫਰਕਦਾ ਸੀ, ਮਾਰ ਜੂ ਡਾਰੀ ਉਹਦੇ ਹੱਥਾਂ 'ਚੋਂ ਪਰੀ, ਤੇਰਾ ਕਦਮ ਕਲਾਵਾ ਭਾਗ ਭਰੀ। ਹੋਰ ਗੀਤ 'ਚ ਲਿਖਿਆ ਕਹਿੰਦੇ ਪਰੀ ਪੂਤਲੀ ਵਰਗੀ ਨੇ ਤੂੰ ਜਿਸ ਨੂੰ ਅੰਗ ਲਗਾਇਆ, ਤੇਰੇ ਹੁੰਦਿਆਂ ਸੁਰਗੀ ਰਹਿ ਕੇ ਹੁਣ ਨਰਕਾਂ ਦਾ ਜਾਇਆ ਤੇ ਤੂੰ ਤੜਫਾਇਆ। ਕਹਿੰਦੇ ਮੈਂ ਇੰਦਰ ਦੇ ਖਾੜੇ ਵਿੱਚੋਂ ਪਰੀ ਧਰਤ 'ਤੇ ਆਈ, ਬਿਨਾਂ ਬਾਲਣੋਂ ਅੱਗ ਮੁੰਡਿਆਂ ਨੂੰ ਜਾਵਾਂ ਸੱਥ ਵਿੱਚ ਲਾਈ, ਜਿਵੇਂ ਪਰੀਆਂ ਦੀ ਰਾਣੀ ਨਿਰਾ ਰੂਪ ਦਾ ਭੰਡਾਰ, ਵੇਖੀ ਨਹਿਰ ਦੇ ਕੰਢੇ ਤੇ ਖੜੀ ਇੱਕ ਮਟਿਆਰ। ਜਿਵੇਂ ਪਰੀਆਂ ਦੀ ਰਾਣੀ ਨਿਰਾ ਰੂਪ ਦਾ ਭੰਡਾਰ, ਵੇਖੀ ਨਹਿਰ ਦੇ ਕੰਢੇ ਤੇ ਖੜੀ ਇੱਕ ਮਟਿਆਰ। ਤੇ ਜੇ ਹੁਣ ਆਪਾਂ ਰੱਬ ਸ਼ਬਦ ਦੀ ਗੱਲ ਕਰੀਏ ਵੀ ਕਿੱਥੇ ਕਿੱਥੇ ਉਹਨਾਂ ਨੇ ਲਿਖਿਆ, ਕਿਉਂਕਿ ਰੱਬ ਨੂੰ ਸਰਵ ਸ਼ਕਤੀਮਾਨ ਮੰਨਿਆ ਜਾਂਦਾ ਵੀ ਜੇ ਕੋਈ ਔਖੇ ਵੇਲੇ ਅਰਦਾਸ ਕਰਨੀ ਤਾਂ ਵੀ ਰੱਬ ਅੱਗੇ ਕਰਨੀ, ਜੇ ਕਿਤੇ ਉਲਾਂਭਾ ਦੇਣਾ ਤਾਂ ਵੀ ਰੱਬ ਨੂੰ ਦੇਣਾ, ਅਤੇ ਜੇ ਕਿਤੇ ਸੁੱਖ ਦੀ ਘੜੀ 'ਚ ਸ਼ੁਕਰਾਨਾ ਕਰਨਾ ਤਾਂ ਵੀ ਰੱਬ ਦਾ ਕਰਨਾ, ਹੈ ਨਾ, ਜਿਹੜੇ ਬੰਦੇ ਰੱਬ ਨੂੰ ਮੰਨਦੇ ਆ। ਅਤੇ ਉਵੇਂ ਹੀ ਦਿਦਾਰ ਸੰਧੂ ਦੇ ਗੀਤਾਂ ਦੇ ਵਿੱਚ ਬੜਾ ਰੱਬ ਸ਼ਬਦ ਲਿਖਿਆ ਗਿਆ। ਕਹਿੰਦੇ ਇੱਕ ਰੱਬ ਸਾਡਾ ਦੁਖੀ ਬਣਿਆ, ਨਾ ਛੱਡੇ ਨਾ ਮਾਰੇ, ਦੂਜਾ ਤੂੰ ਬਲਦੀ ਅਤੇ ਛਿੜਕੀ ਤੇਲ ਜਾਵੇਂ ਮਟਿਆਰੇ। ਕਹਿੰਦੇ ਕਿੰਨੇ ਲੰਘੇ ਸੁੱਕੇ ਸਾਲ ਰੱਬ ਹੋਇਆ ਜਾਂ ਦਿਆਲ, ਤਾਂ ਹੀ ਉਹ ਕਿੱਡਾ ਵੱਡਾ ਪਾੜਾ ਜਪੂਰ ਹੋ ਗਿਆ, ਸਾਨੂੰ ਲੰਡੂ ਪੈਗ ਲੱਗੇ ਜਾਂ ਸਰੂਰ ਹੋ ਗਿਆ। ਇੱਕ ਗੀਤ 'ਚ ਲਿਖਦੇ ਕਹਿੰਦੇ ਰੱਬ ਦੀ ਸੁਲਾਲ ਲੱਭਿਆ ਫਕੀਰ ਨੂੰ, ਓ ਰੱਬ ਦੀ ਸੁਲਾਲ ਲੱਭਿਆ ਫਕੀਰ ਨੂੰ, ਜੇ ਹਿੱਲੇਗੀ ਤਾਂ ਟੁੱਟ ਲੱਗ ਜੂ ਸਰੀਰ ਨੂੰ, ਰੱਬ ਦੀ ਸੁਲਾਲ ਲੱਭਿਆ ਫਕੀਰ। ਅੱਗੇ ਲਿਖਦੇ ਆ ਕਹਿੰਦੇ ਜਪਦਾ ਰਹੂ ਦਿਦਾਰ ਤੇਰਾ ਨਾਂ ਰੱਬ ਦੇ ਨਾਂ ਦੀ ਥਾਂ। ਇੱਕ ਸੰਧੂ ਸਾਹਿਬ ਦਾ ਗੀਤ ਸੀ ਜਿਹੜਾ ਉਹਨਾਂ ਦਾ ਪਹਿਲੇ ਰਿਕਾਰਡ ਸੀਗਾ ਨਰਿੰਦਰ ਬੀਬਾ ਜੀ ਨਾਲ, ਉਹਦੇ 'ਚ ਉਹਨਾਂ ਨੇ ਲਿਖਿਆ ਸੀ ਕਹਿੰਦੇ
ਰੱਬਾ ਮੇਰੇ ਪੱਲੇ ਪੈ ਗਈ ਨਾਰ ਲਫਾਫੇ ਵਰਗੀ ਮੈਂ ਕਿੱਥੇ ਜਾਵਾਂ। ਉਹ ਕਹਿੰਦੇ ਸੀ ਰੱਬਾ ਮੇਰੇ ਪੱਲੇ ਪੈ ਗਿਆ ਜੱਟ ਬੜਾ ਬੇਦਰਦੀ ਮੈਂ ਕਿੱਥੇ ਜਾਵਾਂ ਕਰਦਾ ਆਪਣੀ ਮਰਜ਼ੀ। ਕਹਿੰਦੇ ਸਹੁੰ ਰੱਬ ਦੀ ਖੜੀ ਤੂੰ ਲੱਗੇ ਖਿੱਲ ਵਰਗੀ ਛੜੇ ਬੰਦੇ ਦੀ ਹੁੰਦੀ ਆ ਅੱਖ ਐਲ ਵਰਗੀ। ਕਹਿੰਦੇ ਸੁਪਨੇ 'ਚ ਆਖਿਆ ਮੈਂ ਰੱਬ ਕੋਲੇ ਜਾ ਕੇ ਮੇਰੀ ਉਮਰ ਬੀਤਦੀ ਜਾਂਦੀ ਆ। ਉਹ ਕਹਿੰਦਾ ਤੇਰੀ ਵੀ ਦਹੀਂ ਨਾ ਟੁੱਕ ਖਾਂਦੀ ਆ। ਇੱਕ ਹੋਰ ਗੀਤ ਦੇ ਵਿੱਚ ਲਿਖਦੇ ਕਹਿੰਦੇ ਨਿੱਕੀ ਨਿੱਕੀ ਬੱਦਲਾਂ ਦੀ ਭੂਰ ਵਿੱਚ ਦੀ ਰੱਬ ਦੇ ਨਜ਼ਾਰਿਆਂ ਦੇ ਨੂਰ ਵਿੱਚ ਦੀ ਪਹਿਲੀ ਗੱਡੀ ਚੜ੍ਹ ਜਾਣ ਵਾਸਤੇ ਦਦਾਰ ਜਾਊ ਰੁੱਸੇ ਹੋਏ ਪ੍ਰਾਹੁਣੇ ਵਾਲੀ ਚਾਲ। ਕਹਿੰਦੇ ਰੱਬ ਨੂੰ ਕੀ ਅਸੀਂ ਜਾ ਕੇ ਦੇਵਾਂਗੇ ਜਵਾਬ ਜਦੋਂ ਪੁੱਛੂਗਾ ਸ਼ਰੀਕੇ ਵਿੱਚ ਬਹਿ ਕੇ। ਇੱਕ ਸੰਧੂ ਸਾਹਿਬ ਦਾ ਹੋਰ ਗੀਤ ਸੀਗਾ ਸਨੇਹਲਤਾ ਜੀ ਨਾਲ, ਉਹ ਜਦੋਂ ਪੈਰਾ ਬੋਲਦੇ ਤਾਂ ਉਹਦੇ ਪਿੱਛੇ ਇੱਕ ਕੋਰਸ ਬੋਲਿਆ ਜਾਂਦਾ, ਉਹਦੇ ਵਿੱਚ ਰੱਬ ਸ਼ਬਦ ਆਉਂਦਾ ਹਾਲ ਵੇ ਰੱਬਾ। ਜਿਵੇਂ ਕਹਿੰਦਾ ਅੱਜ ਤੋਂ ਮੈਂ ਬਸ ਤੇਰੀ ਹੋਈ ਵਿਹਾਣੀ ਆ, ਲੱਗਦਾ ਨਾ ਚੰਗਾ ਹੋਰ ਕੋਈ ਵਿਹਾਣੀ ਆ, ਤੇਰੇ ਬਿਨਾਂ ਜਿੰਦਾ ਦਮੋਈ ਵਿਹਾਣੀ ਆ, ਅੱਖੀਆਂ 'ਚ ਵੱਸ ਗਿਆ ਦਿਲ ਵਿੱਚ ਧੱਸ ਗਿਆ ਸੀਨੇ 'ਚ ਸੁਗੰਧ ਬਣ ਰਹਿ ਗਿਆ ਹਾਲ ਵੇ ਰੱਬਾ। ਇੱਕ ਹੋਰ ਬੜਾ ਖੂਬਸੂਰਤ ਗੀਤ ਆ ਉਹਨਾਂ ਨੇ ਲਿਖਿਆ, ਕਹਿੰਦੇ ਰੱਬ ਬਖਸ਼ੇ ਨਾ ਬਖਸ਼ੇ ਪਰ ਤੂੰ ਬਖਸ਼ ਲਵੀਂ ਦਿਲਦਾਰਾ, ਜਿਉਂਦੇ ਜੀ ਨਹੀਂ ਭੁੱਲਣ ਵਾਲਾ ਤੇਰਾ ਤਖ਼ਤ ਹਜ਼ਾਰਾ। ਚਿੱਟੇ ਚੌਲ ਵੇ ਜਿਨ੍ਹਾਂ ਨੇ ਪੁੰਨ ਕੀਤੇ ਉਹ ਰੱਬ ਨੇ ਬਣਾਈਆਂ ਜੋੜੀਆਂ, ਉਂਜ ਫਿਰਦੇ ਨੇ ਨਰਡ ਬਥੇਰੇ ਪਰ ਜੋੜੀਆਂ ਨੇ ਜੱਗ ਥੋੜੀਆਂ। ਇੱਕ ਹੋਰ ਬੜਾ ਖੂਬਸੂਰਤ ਗੀਤ ਜਿਹੜਾ ਸਦੀਕ ਸਾਹਿਬ ਅਤੇ ਰਣਜੀਤ ਕੌਰ ਨੇ ਗਾਇਆ ਸੀਗਾ, ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ, ਕਹਿੰਦੇ ਭਾਬੀ ਵਾਸਤੇ ਦਿਓਰ ਭੇਜੀ ਰੱਬ ਨੇ ਸੁਗਾਤ, ਦਿਓਰ ਭਾਬੀਆਂ ਦਾ ਗਹਿਣਾ ਨਹੀਂ ਹੰਢਾਉਣ ਦੇਣ ਰਾਤ। ਰਾਂਝੇ ਹੀਰ ਦੇ ਤਬੇਲੀ ਗੋਹਾ ਮਿੱਧਿਆ ਬਥੇਰਾ, ਤੇਰੇ ਪਿੱਛੇ ਲੱਗ ਉਹ ਤੋਂ ਹਾਲ ਘੱਟ ਨਾ ਕੋਈ ਮੇਰਾ, ਮੰਗਾਂ ਰੱਬ ਕੋਲੋਂ ਸੁੱਖ ਇਦੂ ਵੱਡਾ ਕਿਹੜਾ ਦੁੱਖ ਫੋੜਾ, ਹੱਥ ਦੀ ਹਥੇਲੀ ਉੱਤੇ ਪੱਕਿਆ ਫਿਰੇ ਮੁੰਡਾ ਪੀ ਕੇ ਵੇਲੇ ਤੀ ਦਾਰੂ ਡੱਕਿਆ ਫਿਰੇ। ਮੰਗਾਂ ਰੱਬ ਕੋਲੋਂ ਸੁੱਖ ਇਦੂ ਵੱਡਾ ਕਿਹੜਾ ਦੁੱਖ ਫੋੜਾ, ਹੱਥ ਦੀ ਹਥੇਲੀ ਉੱਤੇ ਪੱਕਿਆ ਫਿਰੇ। ਮੇਰੀ ਹਾਰ ਹਮੇਲਾਂ ਵਾਲੀ ਗਰਦਨ ਤੈਨੂੰ ਕੈਸੀ ਲੱਗਦੀ ਆ, ਜਿਉਂ ਛਲਕਾਇਆ ਬੋਤਲ ਉਸਦੇ ਗਲ ਵਿੱਚ ਕੰਗਣੀ ਵੱਜਦੀ ਆ, ਵੇ ਸੰਧੂਆ ਤੇਰੀ ਇਸ ਬੋਤਲ 'ਚੋਂ ਦਾਰੂ ਪੀਤੀ ਲੱਗਦੀ ਆ। ਫਿਰ ਸੰਧੂ ਸਾਹਿਬ ਕਹਿੰਦੇ ਆ, ਕਹਿੰਦੇ ਤਾਂ ਸਦਾ ਸਰੂਰੀ ਰਹਿੰਦੀ ਸੋਹਣਿਓ ਜਿਸ ਤੇ ਰਹਿਮਤ ਰੱਬ ਦੀ ਆ, ਇਹ ਤਾਂ ਸਦਾ ਸਰੂਰੀ ਰਹਿੰਦੀ ਸੋਹਣਿਓ ਜਿਸ ਤੇ ਰਹਿਮਤ ਰੱਬ ਦੀ ਐ। ਇਹ ਵੇਖੋ ਜੀ ਕਿੰਨੇ ਥਾਈਂ ਉਹਨਾਂ ਨੇ ਰੱਬ ਸ਼ਬਦ ਲਿਖਿਆ, ਪੀਰ ਸ਼ਬਦ ਲਿਖਿਆ ਅਤੇ ਪਰੀ ਸ਼ਬਦ ਲਿਖਿਆ। ਇਹ ਦੋਸਤੋ ਦਦਾਰ ਸੰਧੂ ਦੇ ਹਿੱਸੇ ਹੀ ਆਇਆ ਵੀ ਉਹਨਾਂ ਨੇ ਭਾਵੇਂ ਗੀਤ ਹਜ਼ਾਰਾਂ ਦੀ ਗਿਣਤੀ 'ਚ ਨਹੀਂ ਲਿਖੇ, ਪਰ ਜਿਹੜੇ ਸ਼ਬਦ ਉਹ ਲਿਖ ਗਏ ਅਤੇ ਜਿੰਨੇ ਵਾਰ ਲਿਖ ਗਏ ਉਹ ਬਾ ਕਮਾਲ ਆ ਜੀ। ਸੋ ਅੱਜ ਇੰਨੀ ਜਾਣਕਾਰੀ ਸਾਂਝੀ ਕਰਨੀ ਸੀ, ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦਿਆ ਕਰੋ। ਸਤਿ ਸ਼੍ਰੀ ਅਕਾਲ ਜੀ। ਕੋਈ ਨੋਚ ਲਊ ਕੋਈ ਬੋਚ ਲਊ, ਤੂੰ ਪਰੀ ਪਰਾ ਤੋਂ ਹੀਣ ਅਰਸ਼ ਤੋਂ ਫਰਸ਼ਾਂ ਉੱਤੇ ਸਿੱਟੀ ਨੂੰ ਚੱਟ ਮਾਰ ਪਵੇ, ਮਾਰ ਪਵੇ ਮੁਟਿਆਰ। ਇੱਕ ਰੱਬ ਸਾਡਾ ਦੁਖੀ ਬਣਿਆ ਨਾ ਛੱਡੇ ਨਾ ਮਾਰੇ, ਦੂਜਾ ਤੂੰ ਬਲਦੀ ਤੇ ਛਿੜਕੀ ਤੇ ਲੈ ਜਾਵੇਂ ਮੁਟਿਆਰੇ।